ਰੋਕ ਲਾ ਬਸ ਬਸ। ਚੱਲ ਬਾਬਿਓ, ਆਈ ਹੋਪ ਸਾਰੇ ਵਧੀਆ ਹੋਣੇ ਹੋ, ਅਤੇ ਸਵਾਗਤ ਆ ਤੁਹਾਡਾ ਅੱਜ ਇੱਕ ਹੋਰ ਨਵੇਂ ਵਲੋਗ 'ਚ। ਤੁਹਾਨੂੰ ਪਤਾ ਹੀ ਹੈ ਅੱਜ ਆਪਾਂ ਬੜੇ ਟਾਈਮ ਬਾਅਦ ਵਲੋਗ ਸ਼ੂਟ ਕਰ ਰਹੇ ਹਾਂ, ਕਾਫੀ ਰੀਜਨ ਸੀ ਵੀ ਵਿੱਚ ਨਹੀਂ ਸ਼ੂਟ ਹੋਇਆ, ਅਤੇ ਇੱਕ ਰੀਜਨ ਹੋਰ ਐਂ ਵੀ ਹੁੰਦਾ ਨਾ, ਮੇਲਿਆਂ ਤੋਂ ਬਿਨਾਂ ਵਲੋਗ ਬਣਾਉਣ ਦਾ ਊਂ ਸਵਾਦ ਵੀ ਨਹੀਂ ਆਉਂਦਾ ਵੀ ਕੀ ਦਿਖਾਈਏ ਤਾਂ। ਅਤੇ ਅੱਜ ਸ਼ੂਟ ਕੀਤਾ, ਅੱਜ ਚੱਲਿਆ ਬਾਬਿਓ ਆਪਾਂ, ਮੇਲਾ ਹੈ ਮਾਨਸਾ ਕੋਲ, ਬੋਹਾ ਪਿੰਡ ਹੈ, ਅਤੇ ਦੇਖਦੇ ਹਾਂ ਉੱਥੇ ਲਾਉਣੇ ਅੱਜ ਮੇਲਾ। ਹੋਲੈਂਡ ਲੈ ਕੇ ਚੱਲੇ ਹਾਂ, ਅਤੇ ਅੱਗੇ ਇੱਕ ਦੋ ਟਰੈਕਟਰ ਆਪਣੇ ਪਹੁੰਚ ਗਏ ਹੋਰ, ਅਤੇ ਅੱਗੇ ਹੁਣ ਹਰਮਨ ਮਿਲੂਗਾ, ਹਰਮਨ ਦੇ ਘਰੋਂ ਟਰਾਲੀ ਜੋੜਾਂਗੇ, ਉੱਥੇ ਵੇਟ ਲੱਦਾਂਗੇ, ਅਤੇ ਫਿਰ ਮਿਲਦੇ ਹਾਂ ਅੱਗੇ। ਅਤੇ ਹੈਗਾ 100 ਕਿਲੋਮੀਟਰ ਦਾ ਨੇੜੇ ਹੀ ਹੈ ਮੇਲਾ, 100 ਕਿਲੋਮੀਟਰ 'ਤੇ ਹੀ ਹੈ। ਅਤੇ ਬਾਬਿਓ ਮੌਸਮ ਕਰੋ ਚੈੱਕ, ਸਿਰਾ ਮੌਸਮ ਹੋਇਆ ਪਿਆ, ਅਤੇ ਬਾਬਿਓ ਕਰਤੀ ਤਿਆਰੀ ਚੱਲਣ ਦੀ, ਅਤੇ ਮਿਲਦੇ ਹਾਂ ਅੱਗੇ ਅੱਗੇ ਹਰਮਨ ਹੋਰ ਮਿਲਣਗੇ ਆਪਣੇ ਭਰਾ ਸਾਰੇ, ਉੱਥੋਂ ਟਰਾਲੀ ਪਾਉਣੀ ਹੈ ਅਤੇ ਅੱਗੇ ਜਾ ਕੇ ਫਿਰ ਵੇਟ ਪਾਉਣੀ ਆਪਾਂ ਸੰਧੂ ਘਟਾਣੀ ਤੋਂ। ਅਤੇ ਬਾਕੀ ਮੌਸਮ ਚੈੱਕ ਕਰੋ ਬਾਬਿਓ ਕਿੱਦਾਂ ਹੈ, ਸਾਰੇ ਦੱਸਿਓ ਘਰੋਂ। ਆਪਾਂ ਚੱਲ ਪਏ ਹਾਂ ਹੁਣ, ਤੇਲ ਵੀ ਪੁਆਉਣਾ ਪੈਣਾ, ਤੇਲ ਹੈ ਹੀ ਨਹੀਂ ਟਰੈਕਟਰ 'ਚ ਜਮਾਂ ਹੀ। ਚਲੋ ਮਿਲਦੇ ਹਾਂ ਅੱਗੇ। ਆਪਣੇ ਬਲੌਗ ਨੂੰ ਸਾਰੇ ਭਰਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ, ਕਮੈਂਟ ਵੱਧ ਤੋਂ ਵੱਧ ਕਰਿਆ ਕਰੋ, ਜਿੰਨੇ ਕਮੈਂਟ ਕਰੋਗੇ ਉਨਾ ਹੀ ਹੌਸਲਾ ਵੱਧਦਾ ਆਪਣਾ ਵੀ, ਅਤੇ ਬਲੌਗ ਬਣਾਉਣ ਨੂੰ ਵੀ ਫਿਰ ਚਿੱਤ ਜਿਹਾ ਕਰਦਾ, ਨਹੀਂ ਤਾਂ ਐਂ ਹੁੰਦਾ 2 ਲਾਈਕ ਆ ਗਏ 2 ਕਮੈਂਟ ਆ ਗਏ, ਐਂ ਫਿਰ ਸਵਾਦ ਜਿਹਾ ਨਹੀਂ ਆਉਂਦਾ। ਦੇਖ ਆ ਚੱਕੋ ਬਾਬਿਓ, ਆਪਾਂ ਹਰਮਨ ਕੋਲ ਪਹੁੰਚਣ ਵਾਲੇ ਹਾਂ, ਅਤੇ ਬਾਬਿਓ ਮੌਸਮ ਅੱਜ ਵਧੀਆ ਹੋਇਆ ਪਿਆ, ਨਾ ਗਰਮੀ ਇੰਨੀ ਅਤੇ ਨਾ ਇੰਨੀ ਠੰਡਾ, ਜੋ ਬਾਕੀ ਘੈਂਟ ਵੀ ਆਉਂਦਾ ਅੱਜ। ਚੱਕੋ ਬਾਬਿਓ, ਆਪਾਂ ਪਹੁੰਚ ਗਏ ਸੰਧੂ ਬਾਈ ਕੇ ਕਰੇ, ਇਹਦਾ ਵੇਟ ਚੱਕਣੇ ਆ, ਅਤੇ ਆਪਣੀ ਬਾਂਦਰ ਮੰਡਲੀ ਸੇਵਾ ਹੈ, ਬਾਂਦਰ ਮੰਡਲੀ ਵੇਟ ਚੱਕਣੇ ਆਪਾਂ। ਆ ਖੜੇ ਚਾਰਜ ਦੋਨੇ JDLC ਦੇ, ਪੰਜਾਬ ਵਾਲੀ 52-10 ਦੱਸੇ ਆ ਕਹਿੰਦੇ ਗੰਜਾ ਗੰਜਾ 855 ਇਹਨਾਂ ਨੂੰ ਰੀਲਾਂ ਦੀ ਪਈ ਹੈ ਚਕਾਈ ਨੂੰ ਓਏ। ਪਹੁੰਚਣ ਵਾਲੇ ਆਪਾਂ, ਹੁਣ ਪੁਲ ਹੋਣਾ ਨਵਾਂ ਪੁਲ ਬਣਿਆ, ਹੁਣ ਪਹਿਲਾਂ ਪੁਲ ਬਣਿਆ ਨਹੀਂ ਸੀਗਾ, ਹੁਣ ਬਣਿਆ।
ਹਰਮਨ ਸਰਾਂ ਅਤੇ ਆਏ ਨੂੰ ਜਾਣਦੇ ਹੋਵੇ ਬਾਬੇ ਆਪਣੇ ਪੁਰਾਣੇ ਬਲੋਕਾਂ 'ਚ ਗੁਰਜੋਤ ਅਤੇ ਸਾਰੇ ਟੈਕਸ ਵਾਲੇ ਪਹੁੰਚੇ ਹੋਏ ਆ ਅਜੇ ਅੱਧੇ ਆ ਕੇ ਅੱਧੇ ਰਹਿੰਦੇ ਆ ਜਾਣ ਵਾਲੇ ਸੋਜੋ ਓਏ ਕੀ ਦੇਖੀ ਜਾ ਮੈਂ ਸੋਜਾ ਗੁੱਡ ਨਾਈਟ ਫੋਨ ਜੇਬ ਚ ਪਾ ਕੇ ਪੈ ਜੀ ਫੋਨ ਦਲੋ ਸੁੱਤੇ ਪਏ ਗੁੱਡ ਨਾਈਟ ਬਾਬਿਓ ਗੁੱਡ ਨਾਈਟ ਸਾਰਿਆਂ ਨੂੰ ਗੁੱਡ ਨਾਈਟ ਦੁਬਾਰਾ ਫੇਂਕ ਦੇ ਗੁੱਡ ਨਾਈਟ ਸਵੇਰੇ ਟਰੈਕਟਰ ਚੈੱਕ ਕਰਾਂਗੇ ਉੱਠਦੇ ਹੀ ਟੈਸਟਿੰਗ ਚੱਲ ਰਹੀ ਆ ਪੂਰੀ ਆਨਲਾਈਨ 36T ਫਾਰਮ ਟਰੈਕ 655
ਕੈਪਟਨ ਜਗਨਾਥ ਸਿੰਘ ਜੀ ਖਾਲਸਾ ਤੇ ਡਰਾ ਵਾਲਿਆਂ ਦੀ ਤਸਵੀਰ ਹੈ। ਨਾ ਕਹਿੰਦੇ ਇਹ ਮੌਜੂ ਖੇਡ ਤੋਂ ਬਚਿਆ ਹੋਇਆ ਯੰਤਰ ਹੈ। ਮੌਜੂ ਖੇਡ ਸਿਰਸੇ ਜ਼ਿਲ੍ਹੇ ਦਾ ਪਿੰਡ ਆ। ਦੂਜੇ ਪਾਸੇ ਇਹ ਪੇਪਰੇ ਪਿੰਡ ਤੋਂ ਬਚਿਆ ਹੈ ਕੈਪਟਨ ਨੇ ਜੀ ਨੂੰ ਬਰਲਾਟੇ ਦੇ ਇਲਾਕੇ ਕਰਕੇ ਦੋਦਣਾ ਪਿੰਡ ਬੜਾ ਪ੍ਰਸਿੱਧ ਆ ਪਰ ਆਏ ਕਹਿੰਦੇ ਹਸਿਆਰ ਬਿਲਕਾ ਮੇ ਜੀ ਨੂੰ ਇਹਦਾ ਕਹਿੰਦੇ ਤੀਜਾ ਨੰਬਰ ਬਣਿਆ। 7 ਮਾਰਚ ਦੀ ਗੱਲ ਕਰੀਏ ਮੈਚ ਜਿਹੜਾ ਖੇਡਿਆ ਜਾ ਰਿਹਾ ਜਗ੍ਹਾ ਸੀ ਜਿਹੜੀ ਥੋੜੀ ਜਿਹੀ ਇੱਧਰ ਉੱਧਰ ਕਰਕੇ ਦੇਖ ਲਓ ਵੀ ਸ਼ਾਇਦ ਨਾ ਚੱਲੇ। ਮਾੜੂਆ ਡਰਬੂ ਗਿਆ ਦੇਖਣ ਨੂੰ ਮਿਲਿਆ ਹੈ। ਦੂਜੇ ਬੰਦੇ ਕਹਿੰਦੇ ਧਰਨਾ
ਬੰਦੇ ਨੂੰ ਆਪਦਾ ਮਾਰਦਾ ਹੈ। ਇਹ ਗੱਲ ਸਹੀ ਸਾਬਤ ਹੋਈ ਹੈ ਵੀ ਆਪਦੇ ਨੂੰ ਅੱਜ ਕੱਲ੍ਹ ਆਪਦਾ ਹੀ ਮਾਰਦਾ ਹੈ। ਰਾਜਾ ਗਰੁੱਪ ਵਾਲੇ ਵੀ ਆਪ ਹੀ ਫਸ ਗਏ ਵਿਚਾਰੇ, ਆਪਦੇ ਨੂੰ ਆਪ ਹੀ ਮਾਰਦਾ। ਸੋ ਗੱਲ ਸੱਚ ਹੋ ਗਈ ਉਹ ਉਹ ਬਾਈ ਜੀ ਸਟਾਰਟ ਹੋ ਗਿਆ ਚੱਲਦੀ ਫਾਰਮੂਲਾ।